ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ 'ਤੇ। ਦੋਸਤੋ, ਅੱਜ ਆਪਾਂ ਤੁਹਾਡੇ ਲਈ GK ਦੇ ਮੌਕ ਟੈਸਟ ਦੀ ਸੀਰੀਜ਼ ਦਾ 8 ਨੰਬਰ ਕਲਾਸ ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਟੋਟਲ 50 ਕੁਐਸਚਨ ਕਰਾਂਗੇ। ਇਹਦੇ ਵਿੱਚ 30 ਕੁਐਸਚਨ GK ਦੇ ਹੋਣਗੇ ਅਤੇ 20 ਕੁਐਸਚਨ ਪੰਜਾਬ GK ਦੇ। ਟੋਟਲ 50 ਕੁਐਸਚਨ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਇਸ ਤੋਂ ਪਹਿਲਾਂ ਵਾਲੇ ਜੇਕਰ ਤੁਸੀਂ 7 ਕਲਾਸਾਂ ਨਹੀਂ ਦੇਖੀਆਂ ਉਹ ਜਾ ਕੇ ਜ਼ਰੂਰ ਦੇਖ ਦਿਓ। ਇਸ ਤੋਂ ਇਲਾਵਾ 300 ਕੁਐਸਚਨ ਸਟੈਟਿਕ GK ਦੇ ਵੀ ਆਪਾਂ ਤੁਹਾਨੂੰ ਕਰਵਾਏ ਹੋਏ ਨੇ ਟੋਪਿਕ ਵਾਈਜ਼, ਉਹ ਵੀ ਜ਼ਰੂਰ YouTube 'ਤੇ ਜਾ ਕੇ ਕਲਾਸਾਂ ਦੇਖੋ। ਹੁਣ ਜੇਕਰ ਤੁਸੀਂ ਇਹ ਵਾਲੇ 500 ਕੁਐਸਚਨ ਅਤੇ 300 ਕੁਐਸਚਨ ਸਟੈਟਿਕ GK ਦੀ ਸੀਰੀਜ਼ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ PDF, ਠੀਕ ਆ ਜੀ, YouTube 'ਤੇ ਫ੍ਰੀ ਚੱਲ ਰਹੀ ਆ। 500 ਕੁਐਸਚਨ ਤੁਹਾਨੂੰ 50 ਰੁਪਏ 'ਚ ਮਿਲਣਗੇ ਅਤੇ 300 ਕੁਐਸਚਨ ਜਿਹੜੇ ਸਟੈਟਿਕ GK ਦੇ ਨੇ ਇਹ 80 ਰੁਪਏ ਦੀ, ਅਤੇ ਮਤਲਬ ਟੋਟਲ 130 ਆ। ਜੇਕਰ ਤੁਸੀਂ ਕੋਂਬੋ 'ਚ ਬਾਏ ਕਰੋਗੇ ਤਾਂ 100 ਰੁਪਏ ਦੀ ਤੁਹਾਨੂੰ ਇਹ PDF ਪ੍ਰਿੰਟੇਬਲ ਫੋਰਮੈਟ ਦੇ ਵਿੱਚ ਮਿਲੇਗੀ, ਜਿਹਦੇ ਵਿੱਚ ਕਿ ਇੱਕ PDF ਦੇ ਵਿੱਚ ਸਿਰਫ ਅਤੇ ਸਿਰਫ ਕੁਐਸਚਨ ਹੋਣਗੇ ਅਤੇ ਦੂਜੀ PDF ਦੇ ਵਿੱਚ ਕੁਐਸਚਨ ਦੇ ਨਾਲ ਆਂਸਰ ਵੀ ਹੋਣਗੇ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਕਲਾਸ ਦਾ ਪਹਿਲਾ ਕੁਐਸਚਨ। ਹੂ ਇਜ਼ ਦਾ ਕਸਟਡੀਅਨ ਆਫ ਇੰਡੀਅਨ ਕੋਨਸਟੀਟਿਊਸ਼ਨ? ਠੀਕ ਆ ਜੀ, ਪ੍ਰੈਜ਼ੀਡੈਂਟ ਹੁੰਦੇ ਆ, ਸੁਪਰੀਮ ਕੋਰਟ ਹੁੰਦੀ ਆ, ਕੌਂਸਲ ਆਫ ਮਿਨਿਸਟਰਸ ਹੁੰਦੇ ਨੇ ਜਾਂ ਪਾਰਲੀਮੈਂਟ ਹੁੰਦੀ। ਸੋ ਤੁਸੀਂ ਦੱਸਣਾ ਕਿ ਇਹਦਾ ਕੀ ਬਣਿਆ। ਜਿਹੜੀ ਕਸਟਡੀਅਨ ਹੁੰਦੀ ਆ ਇੰਡੀਅਨ ਕੋਨਸਟੀਟਿਊਸ਼ਨ ਦੀ ਉਹ ਸੁਪਰੀਮ ਕੋਰਟ ਹੁੰਦੀ ਆ। ਬੀ ਆਪਸ਼ਨ ਬਿਲਕੁਲ ਸਹੀ ਆ ਗਈ ਸਾਡੀ ਪਹਿਲੇ ਕੁਐਸਚਨ ਦੀ। ਠੀਕ ਆ, ਨੈਕਸਟ ਆਪਾਂ ਚੱਲਦੇ ਹਾਂ ਦੂਜੇ ਨੰਬਰ 'ਤੇ। ਦੂਸਰੇ ਨੰਬਰ 'ਚ ਆਪਾਂ ਨੂੰ ਕੁਐਸਚਨ 'ਚ ਪੁੱਛਿਆ ਜਾ ਰਿਹਾ, ਕਹਿੰਦੇ ਕਿਹੜੀ ਸੰਸਥਾ ਜਿਹੜੀ ਇੰਡੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਦੀਆਂ ਸ਼ਰਤਾਂ ਦਾ ਫੈਸਲਾ ਕਰਦੀ ਆ, ਮਤਲਬ ਜਿਹੜੀ ਕੰਡੀਸ਼ਨ ਹੁੰਦੀਆਂ ਨੇ ਇੰਡੀਆ, ਜੇਕਰ ਕਿਸੇ ਨੇ ਇੰਡੀਆ ਦੀ ਸਿਟੀਜ਼ਨਸ਼ਿਪ ਲੈਣੀ ਆ, ਕਿਸੇ ਬਾਹਰਲੇ ਨੇ ਜਾਂ ਹੈ ਨਾ ਉਹਨੇ, ਤਾਂ ਉਹਦੇ ਲਈ ਸ਼ਰਤਾਂ ਨੂੰ ਕੌਣ ਨਿਰਧਾਰਿਤ ਕਰਦਾ? ਕੀ ਪਾਰਲੀਮੈਂਟ ਕਰਦੀ ਆ, ਪ੍ਰੈਜ਼ੀਡੈਂਟ ਕਰਦਾ, ਇਲੈਕਸ਼ਨ ਕਮਿਸ਼ਨ ਕਰਦਾ, ਜਾਂ ਪਾਰਲੀਮੈਂਟ ਐਂਡ ਅਸੈਂਬਲੀ ਦੋਨੋਂ ਮਿਲ ਕੇ ਕਰਦੇ ਨੇ? ਤਾਂ ਤੁਸੀਂ ਦੱਸਣਾ ਇਹਦਾ ਬਿਲਕੁਲ ਸਹੀ ਆਂਸਰ ਇਹ ਬਣੇਗਾ ਜੀ, ਪਾਰਲੀਮੈਂਟ ਆ ਜਿਹੜੀ ਉਹ ਇਹਦੀਆਂ ਕੰਡੀਸ਼ਨਸ ਦਾ ਫੈਸਲਾ ਕਰਦੀ ਆ। ਅਤੇ ਬਾਕੀ ਤੁਸੀਂ ਪੋਲਿਟੀ ਚੰਗੀ ਤਰ੍ਹਾਂ ਪੜ੍ਹੀ ਹੋਈ ਆ ਤਾਂ ਸਿਟੀਜ਼ਨਸ਼ਿਪ ਟੋਪਿਕ ਆ ਇੱਕ, ਆਰਟੀਕਲ 5 ਤੋਂ 11, ਇਹਨੂੰ ਪੜ੍ਹ ਲਓ। ਇਹਦੇ ਵਿੱਚੋਂ ਵੀ ਇੱਕ ਅੱਧਾ ਕੁਐਸਚਨ ਪੇਪਰ 'ਚ ਬਣ ਜਾਂਦਾ ਵਾ ਪੋਲਿਟੀ ਦਾ, ਤਾਂ ਇਹਨੂੰ ਜ਼ਰੂਰ ਕਰੋ। ਆਪਾਂ ਪੋਲਿਟੀ ਫ੍ਰੀ ਆਫ ਕੋਸਟ ਤੁਹਾਨੂੰ 27 ਤੋਂ 28 ਕਲਾਸਾਂ ਦੇ ਵਿੱਚ ਕਰਵਾਈ ਹੋਈ ਆ, ਜ਼ਰੂਰ ਕਰੋ ਇੰਗਲਿਸ਼ ਅਤੇ ਪੰਜਾਬੀ 'ਚ। ਅਤੇ PDF ਉਹਦੀ ਵੀ ਤੁਹਾਨੂੰ ਫ੍ਰੀ ਆਫ ਕੋਸਟ ਟੈਲੀਗ੍ਰਾਮ ਚੈਨਲ ਆਪਣੀ GK ਅਕੈਡਮੀ ਪੰਜਾਬ 'ਤੇ ਮਿਲ ਜਾਵੇਗੀ। ਅੱਗੇ ਆ ਗਿਆ ਜੀ ਕੁਐਸਚਨ ਰਿੱਟ ਦੇ ਉੱਤੇ। ਠੀਕ ਆ, ਪੋਲਿਟੀ ਦੇ ਵਿੱਚ ਪੁੱਛਿਆ ਜਾ ਰਿਹਾ, ਕਹਿੰਦੇ ਨਿਆਂਪਾਲਿਕਾ ਦੁਆਰਾ ਕਾਰਜਪਾਲਿਕਾ ਨੂੰ, ਠੀਕ ਆ, ਨਿਆਂਪਾਲਿਕਾ ਦੁਆਰਾ ਕਾਰਜਪਾਲਿਕਾ ਨੂੰ ਆਪਣੀਆਂ ਨਿਰਧਾਰਤ ਸ਼ਕਤੀਆਂ ਦੇ ਅੰਦਰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਪੁੱਛ ਪੜਤਾਲ ਕਰਨ ਲਈ ਜਾਰੀ ਕੀਤੀ ਜਾਣ ਵਾਲੀ ਰਿੱਟ ਦਾ ਨਾਂ ਦੱਸੋ ਕੀ ਆ ਜੀ? ਠੀਕ ਹੈ, ਮੈਂਡਾਮਸ ਆ, ਹੈਬੀਅਸ ਕਾਰਪਸ ਆ, ਪ੍ਰੋਬੀਸ਼ਨ ਆ, ਜਾਂ ਕਿਊ ਵਰੰਟੋ? ਤਾਂ ਇਹਦਾ ਸਹੀ ਆਂਸਰ ਸਾਡੇ ਕੋਲ ਤੀਜੇ ਦਾ ਇਹ ਬਣਿਆ ਜੀ, ਮੈਂਡਾਮਸ ਰਿੱਟ ਇਹਦਾ ਸਹੀ ਆਂਸਰ ਬਣੇਗਾ ਜੀ। 4 ਨੰਬਰ ਕੁਐਸਚਨ ਦੇ ਉੱਤੇ ਆ ਗਏ, ਕਹਿੰਦੇ ਜੀ ਲੂਣ ਕਾਨੂੰਨ ਜਿਹੜੇ ਆਪਣੇ ਸਾਲਟ ਲਾਅ ਬਣਾਏ ਸੀ ਅੰਗਰੇਜ਼ਾਂ ਨੇ, ਉਹਦੀ ਉਲੰਘਣਾ ਕਰਕੇ ਗਾਂਧੀ ਜੀ ਨੇ ਕਿਹੜਾ ਇੱਕ ਅੰਦੋਲਨ ਸ਼ੁਰੂ ਕੀਤਾ? ਇਹਨੂੰ ਆਪਾਂ ਈਜ਼ੀ ਕੁਐਸਚਨ ਦੀ ਕੈਟਾਗਰੀ ਦੇ ਵਿੱਚ ਮਿਲ ਸਕਦੇ ਹਾਂ, ਤਾਂ ਸਭ ਨੂੰ ਤੁਹਾਨੂੰ ਪਤਾ ਹੋਏਗਾ ਹੈ ਨਾ, ਇਹ ਸਿਵਲ ਡਿਸਓਬੀਡੈਂਟ ਮੂਵਮੈਂਟ ਸੀਗੀ ਇਹ, ਅਤੇ ਜਿਹਦੇ ਵਿੱਚ ਕਿ ਗਾਂਧੀ ਜੀ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਸੀ ਲੂਣ ਦੇ ਜਿਹੜੇ ਕਾਨੂੰਨ ਬਣਾਏ ਸੀ ਅੰਗਰੇਜ਼ਾਂ ਨੇ ਉਹਦੇ ਅਗੇਂਸਟ। ਠੀਕ ਆ ਜੀ, ਬਾਕੀ ਤੁਸੀਂ PDF ਤੋਂ ਪੜ੍ਹ ਸਕਦੇ ਹੋ। ਨੈਕਸਟ ਆਪਾਂ ਚੱਲਦੇ ਹਾਂ ਜੀ, ਕਹਿੰਦੇ ਜੀ ਸੁਤੰਤਰ ਭਾਰਤ ਦੇ ਗਵਰਨਰ ਜਨਰਲ, ਜਦੋਂ ਇੰਡੀਆ ਆਜ਼ਾਦ ਹੋ ਗਿਆ ਸੀ, ਠੀਕ ਆ, ਵਜੋਂ ਅਹੁਦਾ ਸੰਭਾਲਣ ਵਾਲੇ ਪਹਿਲੇ ਅਤੇ ਆਖਰੀ ਭਾਰਤੀ ਦੀ ਗੱਲ ਹੋ ਰਹੀ ਆ, ਠੀਕ ਆ, ਤਾਂ ਇਹਦੇ ਵਿੱਚ ਲਾਰਡ ਮਾਊਂਟਨ ਨਹੀਂ ਗੱਲ ਕਰੇ, ਕਿਉਂਕਿ ਉਹ ਫੋਰਨਰ ਸੀਗੇ ਹੈ ਨਾ, ਤਾਂ ਉਹ ਅੰਗਰੇਜ਼ ਹੀ ਸੀਗੇ ਅਤੇ ਬ੍ਰਿਟਿਸ਼ ਸੀਗੇ, ਤਾਂ ਕਰਕੇ ਉਹਨਾਂ ਨੇ ਇੰਡੀਆ ਦਾ ਪੁੱਛਿਆ ਕਿ ਇੱਕੋ ਇੱਕ ਜਿਹੜਾ ਗਵਰਨਰ ਜਨਰਲ ਬਣਿਆ ਇੰਡੀਪੈਂਡੈਂਟ ਇੰਡੀਆ ਦਾ, ਉਹਦਾ ਨਾਂ ਦੱਸੋ ਕੀ ਆ? ਜਮਨ ਲਾਲ ਬਜਾਜ, ਜਾਂ ਆਪਣੇ ਰਜਿੰਦਰ ਪ੍ਰਸਾਦ, ਸੀ ਗੋਪਾਲਚਾਰੀ, ਜਾਂ MA ਅੰਸਾਰੀ?
ਤਾਂ ਇਹਦਾ ਸਹੀ ਆਂਸਰ ਤੁਸੀਂ ਦੱਸੋ ਨਾ। ਪੰਜਵੇਂ ਦਾ ਸਹੀ ਆਂਸਰ ਸੀ ਆ ਜੀ ਸੀ ਗੋਪਾਲਚਾਰੀ ਨੇ, ਜਿਹੜੇ ਕਿ ਸੁਤੰਤਰ ਭਾਰਤ ਦੇ ਪਹਿਲੇ ਅਤੇ ਆਖਰੀ ਗਵਰਨਰ ਜਨਰਲ ਸੀ। ਕਹਿੰਦੇ ਲਾਰਡ ਮਾਊਂਟਬੈਟਨ ਜਦੋਂ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਬਣਿਆ ਸੀ, ਜੋ ਹੇਠ ਲਿਖਿਆਂ ਦੇ ਵਿੱਚੋਂ ਪਾਕਿਸਤਾਨ ਦਾ ਗਵਰਨਰ ਜਨਰਲ ਬਣਿਆ, ਠੀਕ ਆ। ਜਦੋਂ ਮਤਲਬ ਕਿ ਲਾਰਡ ਮਾਊਂਟਬੈਟਨ ਆਪਣਾ ਆਜ਼ਾਦ ਹੋ ਗਿਆ ਦੇਸ਼, ਹੈ ਨਾ, ਇੱਕ ਵਾਰੀ ਉਹਨਾਂ ਨੇ ਕੀ ਕੀਤਾ, ਲਾਰਡ ਮਾਊਂਟਬੈਟਨ ਨੂੰ ਗਵਰਨਰ ਜਨਰਲ ਬਣਾਤਾ ਸੀਗਾ, ਠੀਕ ਆ। ਤਾਂ ਉਸ ਤੋਂ ਉਸ ਸਮੇਂ ਉਹ ਕਹਿੰਦੇ ਆ ਜੀ, ਕਹਿੰਦੇ ਜੀ ਪਾਕਿਸਤਾਨ ਦਾ ਜਿਹੜਾ ਗਵਰਨਰ ਜਨਰਲ ਆ ਉਹ ਉਦੋਂ ਕੌਣ ਬਣਿਆ ਸੀ? ਕਹਿੰਦੇ ਸ਼ੌਕਤ ਅਲੀ ਬਣਿਆ ਸੀ, ਲਾਰਡ ਮਾਊਂਟਬੈਟਨ ਬਣਿਆ ਸੀਗਾ, ਲਿਆਕਤ ਅਲੀ ਖਾਨ ਬਣਿਆ ਸੀ, ਜਾਂ ਮੁਹੰਮਦ ਅਲੀ ਜਿਨਾ ਬਣਿਆ ਸੀ? ਤਾਂ ਇਹਦਾ ਬਿਲਕੁਲ ਸਹੀ ਆਂਸਰ ਡੀ ਬਣੂਗਾ ਜੀ, ਮੁਹੰਮਦ ਅਲੀ ਜਿਨਾ ਬਣਿਆ ਸੀਗਾ। ਨੈਕਸਟ ਆਪਾਂ ਚੱਲਦੇ ਹਾਂ ਜੀ। ਜਦੋਂ ਪੰਚਾਇਤਾਂ ਭੰਗ ਹੋ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਮਤਲਬ ਇੱਕ ਪੀਰੀਅਡ ਹੁੰਦਾ, ਮਤਲਬ ਉਹਨੂੰ ਕਹਿੰਦੇ ਆ ਕਿ ਇੱਕ ਵਾਰੀ ਇੰਨੇ ਸਮੇਂ ਦੇ ਅੰਦਰ ਅੰਦਰ ਇਲੈਕਸ਼ਨਸ ਹੋਣੀਆਂ ਜ਼ਰੂਰੀ ਹੁੰਦੀਆਂ ਨੇ, ਠੀਕ ਆ, ਇੱਕ ਪ੍ਰੋਵੀਜ਼ਨ ਆ, ਹੈ ਨਾ। ਬਾਅਦ 'ਚ ਜਿਹੜਾ ਵੱਧ ਘੱਟ ਹੁੰਦਾ ਟਾਈਮ ਉਹ ਤੁਸੀਂ ਪੋਲਿਟੀ ਦੀ ਕਲਾਸ 'ਚ ਜਾ ਕੇ ਪੜ੍ਹ ਸਕਦੇ ਹੋ, ਹੈ ਨਾ, ਜਾ ਕੇ। ਤਾਂ ਉਹ ਕਹਿੰਦੇ ਜਦੋਂ ਡਿਸੋਲਵ ਹੋ ਗਿਆ, ਮਤਲਬ ਉਹਦੀ ਪ੍ਰੋਵੀਜ਼ਨ ਕੀ ਆ ਕਿ ਕਿੰਨੇ ਟਾਈਮ ਬਾਅਦ ਉਹ ਵੋਟਾਂ ਹੋ ਜਾਣੀਆਂ ਚਾਹੀਦੀਆਂ ਨੇ, 1 ਸਾਲ, 3 ਮਹੀਨੇ, 6 ਮਹੀਨੇ ਜਾਂ 1 ਮਹੀਨਾ। ਤਾਂ 7 ਦਾ ਬਿਲਕੁਲ ਸਹੀ ਆਂਸਰ ਸੀ ਬਣੇਗਾ ਜੀ, 6 ਮਹੀਨੇ ਬਾਅਦ ਪੰਚਾਇਤ ਜਦੋਂ ਡਿਸੋਲਵ ਹੋ ਗਈ ਤਾਂ ਇਲੈਕਸ਼ਨ ਕਰਾਉਣੇ ਜ਼ਰੂਰੀ ਨੇ, ਠੀਕ ਆ। ਅੱਗੇ ਆਪਾਂ ਚੱਲਦੇ ਹਾਂ 8 ਨੰਬਰ ਕੁਸ਼ਚਨ। ਭਾਰਤ ਦੇ ਵਿੱਚ ਜਿਹੜੀਆਂ ਵੱਖ ਵੱਖ ਸਿਆਸੀ ਪਾਰਟੀਆਂ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ, ਜਾਂ ਖੇਤਰੀ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ, ਉਹ ਕਹਿੰਦੇ ਜੀ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਕੋਈ ਨੈਸ਼ਨਲ ਪਾਰਟੀ ਬਣੀ ਜਾਂ ਰੀਜਨਲ ਪਾਰਟੀ ਬਣੀ, ਉਹਨਾਂ ਵਜੋਂ ਮਾਨਤਾ ਕੌਣ ਦਿੰਦਾ ਵਾ? ਗਵਰਨਰ, ਪ੍ਰੈਜ਼ੀਡੈਂਟ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਜਾਂ ਸਟੇਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ? 8ਵੇਂ ਦਾ ਸਹੀ ਆਂਸਰ ਵੀ ਹੈ ਜੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਨਾਂ ਨੂੰ ਮਤਲਬ ਕਿ ਰੀਕੋਗਨਾਈਜ਼ ਕਰਦਾ ਵਾ, ਠੀਕ ਆ, ਰੀਕੋਗਨਾਈਜੇਸ਼ਨ ਦਿੰਦਾ ਵਾ। 9 ਨੰਬਰ ਕੁਸ਼ਚਨ, ਰਾਜ ਸਰਕਾਰ ਦਾ ਕਾਰਜਕਾਰੀ ਮੁਖੀ ਦੱਸੋ ਕੌਣ ਹੈ? ਕੌਣ ਹੁੰਦਾ ਜੀ ਐਗਜ਼ੀਕਿਊਟਿਵ ਹੈੱਡ ਆਫ ਦਾ ਸਟੇਟ ਗੌਰਮੈਂਟ, ਠੀਕ ਆ, ਚੀਫ ਮਿਨਿਸਟਰ, ਗਵਰਨਰ, ਪ੍ਰੈਜ਼ੀਡੈਂਟ, ਜਾਂ ਚੀਫ ਸਕੱਤਰੀ? ਤਾਂ ਜੀ ਜਿਹੜਾ ਐਗਜ਼ੀਕਿਊਟਿਵ ਹੈੱਡ ਹੁੰਦਾ ਵਾ ਸਟੇਟ ਗੌਰਮੈਂਟ ਦਾ, ਉਹ ਹੁੰਦਾ ਜੀ ਗਵਰਨਰ। ਬੀ ਆਪਸ਼ਨ ਸਾਡੀ ਬਿਲਕੁਲ ਸਹੀ ਜਾਏਗੀ, ਠੀਕ ਆ, 9ਵੇਂ ਦਾ। ਅਤੇ ਜੇਕਰ ਸੈਂਟਰ ਗੌਰਮੈਂਟ ਦੇ ਵਿੱਚ ਪੁੱਛਿਆ ਜਾਵੇ ਤਾਂ ਉਹ ਹੁੰਦਾ ਪ੍ਰੈਜ਼ੀਡੈਂਟ, ਠੀਕ ਆ। ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ, ਇੰਪੋਰਟੈਂਟ ਕੁਸ਼ਚਨ ਜੀ ਇਹ। 10 ਨੰਬਰ ਕੁਸ਼ਚਨ, ਮੁਹੰਮਦ ਕਾਸਿਮ ਨੇ ਕਿਹੜੇ ਸਾਲ ਦੇ ਵਿੱਚ ਸਿੰਧ 'ਤੇ ਜਿੱਤ ਹਾਸਲ ਕੀਤੀ? 812, 712 AD, 912 AD, ਜਾਂ 1012 AD? 10th ਦਾ ਬਿਲਕੁਲ ਸਹੀ ਆਂਸਰ ਸਾਡੇ ਕੋਲ ਬੀ ਬਣ ਜਾਏਗਾ ਜੀ, 712 AD 'ਚ ਮੁਹੰਮਦ ਬਿਨ ਕਾਸਿਮ ਨੇ ਸਿੰਧ ਦੇ ਉੱਤੇ ਜਿੱਤ ਹਾਸਲ ਕੀਤੀ ਸੀਗੀ। ਨੈਕਸਟ ਦੇਖੋ ਜੀ, ਹੁਣ ਇਹਨਾਂ ਦੇ ਵਿੱਚੋਂ ਕਹਿੰਦੇ ਕਰਨੋਲੋਜੀਕਲ ਆਰਡਰ ਦੇ ਵਿੱਚ ਉਹ ਕਹਿੰਦੇ ਜੀ ਇਹਨਾਂ ਦਾ ਰੂਲ ਦੇ ਮੁਤਾਬਕ ਦੱਸੋ ਇਹਨਾਂ ਦਾ ਸਹੀ ਵਿਕਲਪ ਸੁਣੋ, ਖਿਲਜੀ ਡੈਂਸਟੀ, ਲੋਧੀ, ਜਾਂ ਤੁਗਲਕ, ਠੀਕ ਆ ਜੀ। ਇਹ ਮੈਡੀਵਲ ਹਿਸਟਰੀ ਦਾ ਕੁਸ਼ਚਨ ਆ ਜਾਂਦਾ ਵਾ, ਆਪਾਂ ਤੁਹਾਨੂੰ ਮੈਡੀਵਲ ਹਿਸਟਰੀ ਵੀ ਕਰਵਾਈ ਹੋਈ ਆ, ਥਿਊਰੀ ਤੁਸੀਂ ਕਰ ਸਕਦੇ ਹੋ। ਤਾਂ 11th ਦਾ ਸਹੀ ਆਂਸਰ ਤੁਸੀਂ ਦੱਸਣਾ ਕੀ ਆ ਜੀ? 11th ਦਾ ਸਹੀ ਆਂਸਰ ਪਹਿਲਾਂ ਸੁਣ ਲਓ ਜੀ, ਡੀ ਵਾ, ਠੀਕ ਆ, ਡੀ ਇਹਦਾ ਬਿਲਕੁਲ ਸਹੀ ਆਂਸਰ ਆ। ਹੁਣ ਜੀ ਦੇਖੋ ਥੱਲੇ ਆਪਾਂ ਇਹਨਾਂ ਦਾ ਕਾਰਜਕਾਲ ਵੀ ਲਿਖੇ ਹੋਏ ਆ ਇਹ 'ਚ। ਖਿਲਜੀ ਡੈਂਸਟੀ ਆ ਜਿਹੜੀ ਉਹ ਸੀਗੀ ਜੀ 1290 ਤੋਂ ਲੈ ਕੇ 1320 ਤੱਕ, ਤੁਗਲਕ ਸੀਗੀ 1320 ਤੋਂ 1414 ਤੱਕ, ਅਤੇ ਲੋਧੀ ਡੈਂਸਟੀ ਦਾ ਜਿਹੜਾ ਕਾਰਜਕਾਲ ਸੀ ਉਹ ਸੀਗਾ 1451 ਤੋਂ 1526। ਤਾਂ ਤੁਹਾਨੂੰ ਇਹ ਸਾਰੇ ਕਾਰਜਕਾਲ ਇਹਨਾਂ ਦੇ ਯਾਦ ਹੋਣੇ ਚਾਹੀਦੇ ਨੇ। ਆਧੁਨਿਕ ਇਤਿਹਾਸਕਾਰ, ਕਿਹੜਾ ਆਧੁਨਿਕ ਇਤਿਹਾਸਕਾਰ ਸੀ, ਮਾਡਰਨ ਹਿਸਟੋਰੀਅਨ ਸੀਗਾ, ਜਿਹਨੇ 1857 ਦੇ ਵਿਦਰੋਹ ਨੂੰ ਕਿਹਾ ਸੀ ਕਿ ਫਸਟ ਵਾਰ ਆਫ ਇੰਡੀਪੈਂਡੈਂਸ, ਮਤਲਬ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਇਹਨੇ ਕਿਹਾ ਸੀ ਕਿ ਇਹ 1857 ਦਾ ਜਿਹੜਾ ਵਿਦਰੋਹ ਹੋਇਆ ਸੀ ਉਹਨੂੰ ਕਿਹਾ ਸੀ? ਕੌਣ ਸੀ ਜੀ ਇਹ? ਤਾਂ ਇਹਦਾ ਸਹੀ ਆਂਸਰ 12ਵੇਂ ਦਾ ਬਿਲਕੁਲ ਸਹੀ ਜੀ, ਤੁਸੀਂ ਸੋਚਿਆ VD ਸਾਵਰਕਰ ਨੇ ਇਹ ਚੀਜ਼ ਕਹੀ ਸੀ। ਅੱਗੇ ਚੱਲਦੇ ਹਾਂ ਜੀ, 13 ਨੰਬਰ ਕੁਸ਼ਚਨ, ਇੰਡੀਆ ਦੇ ਵਿੱਚ ਸਭ ਤੋਂ ਪੁਰਾਣੇ ਪਹਾੜ, ਮਤਲਬ ਓਲਡੈਸਟ ਮਾਊਂਟੇਨ ਦੱਸੋ ਕਿਹੜੀ ਆ? ਅਰਾਵਲੀਸ ਨੇ, ਵਿੰਦਿਆਸ ਨੇ,
ਸਤਪੁਰਸ਼ ਨੇ ਜਾਂ ਨੀਲਗਿਰੀ ਹਿਲਸ ਨੇ। 13ਵੇਂ ਦਾ ਸਹੀ ਆਂਸਰ ਇਹ ਆਏਗਾ ਜੀ, ਅਰਾਵਲੀ ਨੇ ਜਿਹੜੀਆਂ ਉਹ ਓਲਡੈਸਟ ਮਾਊਂਟੇਨਸ ਨੇ ਇੰਡੀਆ ਦੇ। ਅੱਗੇ ਆਪਾਂ ਚੱਲਦੇ ਹਾਂ, ਇਹਨਾਂ ਦੇ ਵਿੱਚੋਂ ਕਿਹੜਾ ਜੋੜ ਦੱਸੋ ਸਹੀ ਨੀਗਾ। ਫਸਟ 5 ਈਅਰ ਪਲੈਨ ਜਿਹੜਾ ਆਇਆ ਸੀਗਾ ਉਹ 1951 ਤੋਂ 56 'ਚ ਆਇਆ ਸੀ, ਬਿਲਕੁਲ ਸਹੀ ਆ ਜੀ। ਦੂਜਾ 5 ਈਅਰ ਪਲੈਨ 56 ਤੋਂ 61, ਤੀਜਾ 61 ਤੋਂ 66 ਸੋਰੀ, ਅਤੇ ਫੋਰਥ 5 ਈਅਰ ਪਲੈਨ 66 ਤੋਂ 71 ਨਹੀਂ ਸੀ, ਇਹ ਗਲਤ ਆ ਜੀ। ਠੀਕ ਆ, ਤਾਂ ਇਹਦੇ ਵਿੱਚ ਇਹਦੇ ਦੌਰਾਨ ਪਲੈਨ ਆਫ ਹੋਲੀਡੇ ਆਇਆ ਸੀ ਪਹਿਲਾਂ, ਤਾਂ 1969 ਤੋਂ ਲੈ ਕੇ 1974 ਤੱਕ ਆਇਆ ਸੀ ਜਿਹੜਾ ਚੌਥਾ ਜਿਹੜਾ ਸਾਡਾ 5 ਈਅਰ ਪਲੈਨ ਆਇਆ ਸੀ। ਠੀਕ ਆ, ਯਾਦ ਕਰ ਲਿਓ ਇਹਨੂੰ। 15 ਨੰਬਰ ਕੁਐਸਚਨ ਦੇ ਉੱਤੇ ਆ ਗਏ, ਕਹਿੰਦੇ ਜੀ ਪੇਟ ਦੇ ਵਿੱਚ ਜਿਹੜਾ ਪ੍ਰੋਟੀਨ ਨੂੰ ਪਚਾਉਣ ਵਾਲਾ ਐਨਜ਼ਾਈਮ ਦੱਸੋ ਕਿਹੜਾ ਵਾ, ਜਿਹੜਾ ਕਿ ਪ੍ਰੋਟੀਨ ਨੂੰ ਡਾਈਜੈਸ਼ਨ ਕਰਦਾ ਵਾ ਉਹ ਦੱਸੋ ਜੀ ਕਿਹੜਾ ਹੁੰਦਾ ਪੇਟ ਦੇ ਵਿੱਚ। ਸੈਲੀਵਰੀ ਆਪਣਾ ਐਮਲਾਈਜ਼ ਹੁੰਦੇ ਨੇ ਜਾਂ ਪੈਪਸਿਨ ਹੁੰਦੇ ਨੇ, ਲਿਪੇਸ ਹੁੰਦੇ ਨੇ ਜਾਂ ਨਨ ਆਫ ਦੀਸ। ਤਾਂ 15ਵੇਂ ਦਾ ਬਿਲਕੁਲ ਸਹੀ ਆਂਸਰ ਸੀ ਆਇਆ ਜੀ, ਪੈਪਸਿਨ ਹੁੰਦੇ ਨੇ, ਅਤੇ ਜਿਹੜੇ ਕਿ ਪ੍ਰੋਟੀਨ ਨੂੰ ਪਚਾਉਣ ਵਾਲੇ ਐਨਜ਼ਾਈਮ ਹੁੰਦੇ ਨੇ ਜਿਹੜੇ ਆਪਣੇ ਪੇਟ ਦੇ ਵਿੱਚ ਮੌਜੂਦ ਹੁੰਦੇ ਨੇ। ਅੱਗੇ ਆਪਾਂ ਚੱਲਦੇ ਹਾਂ ਜੀ, ਕਾਰਬਨ ਡਾਈਆਕਸਾਈਡ ਨੂੰ ਗ੍ਰੀਨ ਹਾਊਸ ਗੈਸ ਕਿਉਂ ਕਿਹਾ ਜਾਂਦਾ ਵਾ? ਬਿਕੋਜ਼ ਦੇ ਅਬਜ਼ਰਵ ਹੀਟ, ਬਿਕੋਜ਼ ਦੇ ਅਬਜ਼ਰਵ ਮੋਇਸਚਰ, ਬਿਕੋਜ਼ ਦੇ ਅਬਜ਼ਰਵ ਆਕਸੀਜਨ, ਬਿਕੋਜ਼ ਦੇ ਅਬਜ਼ਰਵ ਹਾਈਡਰੋਜਨ। 16ਵੇਂ ਦਾ ਸਹੀ ਆਂਸਰ ਇਹ ਆ ਗਿਆ ਜੀ, ਕਿਉਂਕਿ ਇਹ ਅਬਜ਼ਰਵ ਕਰਦੀ ਆ ਹੀਟ ਨੂੰ, ਜਿਸ ਕਰਕੇ ਕਿ ਕਾਰਬਨ ਡਾਈਆਕਸਾਈਡ ਨੂੰ ਗ੍ਰੀਨ ਹਾਊਸ ਗੈਸ ਕਿਹਾ ਜਾਂਦਾ ਵਾ। ਅੱਗੇ ਆਪਾਂ ਚੱਲਦੇ ਹਾਂ, ਹਰੇ ਬਲੋਕ ਡੈਸ਼ ਨੂੰ ਕਿਹਾ ਜਾਂਦਾ, ਗ੍ਰੀਨ ਕਵਰ ਨੂੰ, ਪ੍ਰੋਬਾਇਓਟਿਕ ਕਰਡ ਨੂੰ ਜਾਂ ਗ੍ਰੀਨ ਮਿਨਿਸਟਰੀ ਨੂੰ ਜਾਂ ਬਾਇਓ ਬ੍ਰਿਕਸ ਨੂੰ? ਹਰੇ ਬਲੋਕ ਦੱਸੋ ਕਿਹਨੂੰ ਕਿਹਾ ਜਾਂਦਾ। 17 ਦਾ ਸਹੀ ਆਂਸਰ ਡੀ ਆ ਜੀ, ਬਾਇਓ ਬ੍ਰਿਕਸ ਨੂੰ ਕਿਹਾ ਜਾਂਦਾ ਜੀ ਹਰੇ ਬਲੋਕ। ਅੱਗੇ ਆਪਾਂ ਚੱਲਦੇ ਹਾਂ, ਕਹਿੰਦੇ ਜੀ ਕਿਹੜੀ ਹਿੰਦੀ ਫਿਲਮ ਨੂੰ ਪਹਿਲਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਹੈ? ਸ਼੍ਰੀ 420, ਜਾਗਰਤੀ, ਮਿਰਜ਼ਾ ਗਾਲਬ ਜਾਂ ਨਨ ਆਫ ਦੀਸ। 18ਵੇਂ ਦਾ ਸਹੀ ਆਂਸਰ ਸੀ ਬਣੇਗਾ ਜੀ, ਮਿਰਜ਼ਾ ਗਾਲਬ ਫਿਲਮ ਨੂੰ ਪਹਿਲਾ ਨੈਸ਼ਨਲ ਅਵਾਰਡ ਮਿਲਿਆ ਸੀ। ਅੱਗੇ ਆਪਾਂ ਚੱਲਦੇ 19 ਨੰਬਰ ਕੁਐਸਚਨ ਦੇ, ਭਾਰਤ ਦੀ ਪਹਿਲੀ ਗੋਲਡਨ ਜੁਬਲੀ ਫਿਲਮ ਦੱਸੋ ਜੀ ਕਿਹੜੀ ਆ? ਸ਼ੋਲੇ, ਸੰਤ ਤੁਕਾਰਾਮ, ਅੰਮ੍ਰਿਤ ਮੰਥਨ ਜਾਂ ਰਾਜਾ ਹਰੀਸ਼ ਚੰਦਰ। ਤਾਂ 19ਵੇਂ ਦਾ ਸਹੀ ਆਂਸਰ ਸਾਡੇ ਕੋਲ ਬੀ ਬਣੇਗਾ ਜੀ, ਸੰਤ ਤੁਕਾਰਾਮ ਵਾ ਜਿਹੜੀ ਕਿ ਫਸਟ ਗੋਲਡਨ ਜੁਬਲੀ ਫਿਲਮ ਸੀ ਇੰਡੀਆ ਦੀ। ਅੱਗੇ ਆਪਾਂ ਚੱਲਦੇ ਹਾਂ, ਠੀਕ ਆ, ਤਾਂ ਇਹ 1936 ਹੈ ਜਿਹੜੀ ਅੰਮ੍ਰਿਤ ਮੰਥਨ ਆ ਉਹ ਪਹਿਲੀ ਸਿਲਵਰ ਜੁਬਲੀ ਫਿਲਮ ਸੀ। ਹੂ ਵਾਜ਼ ਦਾ ਫਸਟ ਮਿਜ਼ਾਈਲ ਮੈਨ ਆਫ ਦਾ ਇੰਡੀਆ? ਇੰਡੀਆ ਦਾ ਪਹਿਲਾ ਵਰਲਡ ਦਾ ਫਸਟ ਮਿਜ਼ਾਈਲ ਮੈਨ ਦੱਸੋ ਜੀ ਕੌਣ ਸੀ, ਤੁਸੀਂ ਦੱਸਣਾ। ਇਹਦਾ ਸਹੀ ਆਂਸਰ ਟਿੱਪੂ ਸੁਲਤਾਨ ਸੀ, ਵਿਲੀਅਮ ਵੈਂਟਿਕ ਸੀ, ਰੋਬਰਟ ਐਚ ਗੋਡਾਰਡ ਸੀ ਜਾਂ ਨਨ ਆਫ ਦੀਸ ਸੀ। 20 ਦਾ ਸਹੀ ਆਂਸਰ ਇਹ ਬਣੇਗਾ ਜੀ, ਟਿੱਪੂ ਸੁਲਤਾਨ ਨੂੰ ਕਿਹਾ ਜਾਂਦਾ ਵਾ ਫਸਟ ਮਿਜ਼ਾਈਲ ਮੈਨ ਆਫ ਦੀ ਵਰਲਡ। ਹੂ ਇਜ਼ ਦਾ ਫਸਟ ਸਪੀਕਰ ਆਫ ਦਾ ਲੋਕ ਸਭਾ? ਤਾਂ ਇਹ ਜੀ ਵੀ ਮਾਵਲਕਰ, ਬਹੁਤ ਵਾਰ ਪੇਪਰ 'ਚ ਆਉਂਦਾ ਵਾ, ਤੁਹਾਨੂੰ ਰਟਿਆ ਹੋਵੇਗਾ ਹੈ ਨਾ ਇਹ। ਅਤੇ ਅੱਗੇ ਆਪਾਂ 22 ਨੰਬਰ ਕੁਐਸਚਨ, ਮੇਹਰ ਸੇਨ ਦੱਸੋ ਕੌਣ ਸੀ ਜੀ, ਰੈਸਲਰ ਸੀ, ਕ੍ਰਿਕਟਰ ਸੀ, ਸਵਿਮਰ ਸੀ ਜਾਂ ਗੋਲਫ ਪਲੇਅਰ ਸੀ? ਤਾਂ 22nd ਦਾ ਸਹੀ ਆਂਸਰ ਬੀ ਆਏਗਾ ਜੀ, ਸਵਿਮਰ ਸੀਗੀ ਇਹ ਮੇਹਰ ਸੇਨ। ਅੱਗੇ ਆਪਾਂ ਚੱਲਦੇ ਹਾਂ, ਅਤੇ ਨੈਕਸਟ ਆਪਾਂ ਗੱਲ ਕਰੀਏ, ਭਾਰਤ ਦੀ ਸੁਪਰੀਮ ਕੋਰਟ ਵਜੋਂ ਵਿੱਚ ਨਿਯੁਕਤ ਕੀਤੀ ਗਈ ਪਹਿਲੀ ਮਹਿਲਾ ਜੱਜ ਦਾ ਨਾਮ ਦੱਸੋ ਕੌਣ ਸੀ? ਫਾਤਿਮਾ ਬੀਬੀ ਲੱਠਾ ਜਾਂ ਸਰਲਾ ਵਿਨੋਦ ਜਾਂ ਸ਼ੋਭਨਾ ਪ੍ਰੇਮ ਕੁਮਾਰ? ਇਹਦਾ ਸਹੀ ਆਂਸਰ 23ਵੇਂ ਦਾ ਇਹ ਆ ਜੀ, ਫਾਤਿਮਾ ਬੀਬੀ। ਅੱਗੇ ਆਪਾਂ ਚੱਲਦੇ ਹਾਂ ਜੀ, ਸੂਰਜ ਦੇ ਵਿੱਚ ਮੌਜੂਦ ਦੋ ਪ੍ਰਮੁੱਖ ਗੈਸਾਂ ਦੇ ਨਾਂ ਦੱਸੋ ਜਿਹੜੀਆਂ ਕਿ ਸਭ ਤੋਂ ਮਹੱਤਵਪੂਰਨ ਗੈਸਾਂ ਵੱਧ ਮਾਤਰਾ 'ਚ ਹੁੰਦੀਆਂ ਨੇ? ਤਾਂ ਜੀ ਇਹਦਾ 24ਵੇਂ ਦਾ ਸਹੀ ਆਂਸਰ ਸੀ ਬਣੇਗਾ ਜੀ, ਹੀਲੀਅਮ ਐਂਡ ਹਾਈਡਰੋਜਨ। ਠੀਕ ਆ, ਤਾਂ ਇਹ ਕਈ ਵਾਰ ਮਾਤਰਾ ਪੁੱਛ ਲੈਂਦੇ, ਹਾਈਡਰੋਜਨ ਦੀ 71% ਹੁੰਦੀ ਹੈ, ਹੀਲੀਅਮ ਦੀ 26.5% ਹੁੰਦੀ ਹੈ।
ਭਾਰਤ ਨੇ MOM ਮਿਸ਼ਨ ਕਦੋਂ ਸ਼ੁਰੂ ਕੀਤਾ? ਮਾਰਸ ਔਰਬਿਟਰ ਮਿਸ਼ਨ 5 ਨਵੰਬਰ 2013, 10 ਨਵੰਬਰ 2016, 24 ਸਤੰਬਰ 2013 ਜਾਂ 25 ਸਤੰਬਰ 2014। 25th ਦਾ ਸਹੀ ਆਂਸਰ ਏ ਬਣੇਗਾ ਜੀ, 5 ਨਵੰਬਰ 2013 ਨੂੰ ਸ਼ੁਰੂ ਕੀਤਾ। ਭਾਰਤ ਦਾ ਨਵੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਜੀ ਸਮੁੰਦਰਗੁਪਤ, ਸਮਰਾਟ ਅਸ਼ੋਕ, ਛਤਰਪਤੀ ਸ਼ਿਵਾਜੀ ਮਹਾਰਾਜ ਜਾਂ ਕਰਪੂਰੀ ਸਿੰਘ। 26th ਦਾ ਸਹੀ ਆਂਸਰ ਇਹ ਆ ਜੀ, ਸਮੁੰਦਰਗੁਪਤ ਨੂੰ ਜਿਹੜਾ ਵਾ ਇੰਡੀਆ ਦਾ ਨਪੋਲੀਅਨ ਕਿਹਾ ਜਾਂਦਾ ਵਾ। ਅੱਗੇ ਆਪਾਂ ਚੱਲਦੇ ਹਾਂ, ਭਾਰਤੀ ਫੌਜ ਦਿਵਸ ਦੱਸੋ ਜੀ ਕਦੋਂ ਮਨਾਇਆ ਜਾਂਦਾ? 27th ਦਾ ਸਹੀ ਆਂਸਰ ਸੀ ਬਣੇਗਾ ਜੀ, 15 ਜਨਵਰੀ ਨੂੰ ਮਨਾਇਆ ਜਾਂਦਾ ਭਾਰਤੀ ਫੌਜ ਦਿਵਸ। ਵਰਲਡ 5 ਦਸੰਬਰ ਕਿਹਦੇ ਲਈ ਮਨਾਇਆ ਜਾਂਦਾ? ਤਾਂ ਤੁਸੀਂ ਆਂਸਰ ਦੇਖ ਲਿਆ ਹੋਏਗਾ, ਤਾਂ ਜੀ ਵਰਲਡ ਸੋਇਲ ਡੇ ਆ ਜਿਹੜਾ 5 ਦਸੰਬਰ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਡੈਸ਼ ਕਾਰਜਕਾਲ ਲਈ ਸਹੁੰ ਚੁੱਕੀ? ਦੂਜੀ ਵਾਰ, ਤੀਜੀ ਵਾਰ, ਚੌਥੀ ਵਾਰ ਜਾਂ ਪੰਜਵੀਂ ਵਾਰ? ਤਾਂ ਜੀ ਕਰੰਟ ਅਫੇਅਰ ਦਾ ਕੁਸ਼ਚਨ ਆ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ, 3 ਵਾਰੀ, ਤੀਜੀ ਵਾਰ ਇਹਨਾਂ ਨੇ ਲਗਾਤਾਰ ਸਹੁੰ ਚੁੱਕੀ ਹੈ। ਠੀਕ ਹੈ, ਦੂਜੇ ਪ੍ਰਾਈਮ ਮਿਨਿਸਟਰ ਬਣੇ ਨੇ, ਇਸ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਨੇ 3 ਵਾਰੀ ਪ੍ਰਾਈਮ ਮਿਨਿਸਟਰ ਬਣੇ ਨੇ। ਕਿਹੜੇ ਦੇਸ਼ ਨੇ 2024 ਦਾ ICC ਪੁਰਸ਼ T20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ? ਆਸਟ੍ਰੇਲੀਆ, ਸਾਊਥ ਅਫਰੀਕਾ, ਇੰਡੀਆ ਜਾਂ ਪਾਕਿਸਤਾਨ? 30 ਦਾ ਸਹੀ ਆਂਸਰ ਸੀ ਬਣੇਗਾ ਜੀ, ਇੰਡੀਆ ਨੇ ਜਿੱਤਿਆ ਵਾ ਜੀ ICC ਮੈਨਸ T20 ਵਰਲਡ ਕੱਪ। ਤਾਂ ਅੱਗੇ ਆਪਾਂ ਚੱਲਦੇ ਹਾਂ ਜੀ ਮੌਕ ਟੈਸਟ 8 ਦੇ। ਹੁਣ ਆਪਾਂ ਆ ਗਏ ਜੀ ਪੰਜਾਬ ਹਿਸਟਰੀ ਐਂਡ ਕਲਚਰ ਦੇ ਕੁਐਸਚਨ 'ਚ। ਕਹਿੰਦਾ ਜੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ ਸ਼ਬਦ ਕਿਹਨਾਂ ਨੇ ਕਿਹਾ ਜੀ? ਗੁਰੂ ਹਰਗੋਬਿੰਦ ਜੀ ਨੇ, ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ? ਤਾਂ ਜੀ ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਹਨ ਬਾਣੀ 'ਚ। ਅੱਗੇ ਆਪਾਂ ਚੱਲਦੇ ਹਾਂ, ਮੰਜੀ ਪ੍ਰਣਾਲੀ ਦੀ ਸਥਾਪਨਾ ਦੱਸੋ ਕਿਹਨੇ ਕੀਤੀ ਜੀ? ਤਾਂ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਵਾ ਪੇਪਰ ਦੇ ਲਈ। ਠੀਕ ਆ ਜੀ, ਗੁਰੂ ਅਮਰਦਾਸ ਜੀ ਨੇ ਮੰਜੀ ਸਿਸਟਮ ਦੀ ਸਥਾਪਨਾ ਕੀਤੀ ਸੀਗੀ। ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਕੀਤੇ ਗਏ ਇੱਕ ਆਜ਼ਾਦ ਸਿੱਖ ਰਾਜ ਦੀ ਰਾਜਧਾਨੀ ਕਿਹਨੂੰ ਬਣਾਇਆ ਗਿਆ ਸੀ ਜੀ? ਕਸ਼ਮੀਰ, ਛੱਪੜਚਿੜੀ, ਸਰਹਿੰਦ ਜਾਂ ਲੋਹਗੜ੍ਹ? ਤਾਂ ਇਹ ਵੀ ਤੁਹਾਨੂੰ ਪਤਾ ਕਿ ਬੰਦਾ ਸਿੰਘ ਬਹਾਦਰ ਨੇ ਜਦੋਂ ਆਜ਼ਾਦ ਸਿੱਖ ਸਟੇਟ ਇਸਟੈਬਲਿਸ਼ ਕੀਤੀ ਸੀ ਤਾਂ ਉਹ ਲੋਹਗੜ੍ਹ ਨੂੰ ਬਣਾਇਆ ਸੀ। ਤਾਂ ਬਹੁਤ 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 ਇੰਪੋਰਟੈਂਟ ਕੁਐਸਚਨ ਇਹ ਬਣ ਜਾਂਦਾ। 34th ਕੁਐਸਚਨ, ਮਹਾਰਾਜਾ ਰਣਜੀਤ ਸਿੰਘ ਨੇ ਕਿਸ ਸਾਲ ਲਾਹੌਰ ਦੇ ਉੱਤੇ ਜਿੱਤ ਪ੍ਰਾਪਤ ਕੀਤੀ? 1801, 1798, 1799 ਜਾਂ 1800? ਬਿਲਕੁਲ ਸਹੀ ਆਂਸਰ ਬਣਦਾ। ਤਾਂ ਜੀ ਅੱਗੇ ਪੁੱਛਿਆ ਜਾ ਰਿਹਾ, ਇਹਨਾਂ ਦਾ ਸਹੀ ਮਿਲਾਨ ਕਰੋ। ਇਹ ਜੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਕਈ ਵਾਰ, ਇਹ ਬਹੁਤ ਅੱਜ ਕੱਲ੍ਹ PEE+B ਪੁੱਛ ਰਹੀ ਆ ਕਿ ਭਗਤ ਨਾਮਦੇਵ ਜੀ ਆ, ਕਬੀਰ ਜੀ, ਰਵਿਦਾਸ ਜੀ, ਭਾਈ ਲਾਲੋ ਦਾ ਸੰਬੰਧ ਕਿਹਦੇ ਨਾਲ ਆ, ਮਤਲਬ ਉਹ ਉਹਨਾਂ ਦਾ ਪੇਸ਼ਾ ਕੀ ਸੀ? ਠੀਕ ਆ, ਤਾਂ ਤੁਸੀਂ ਇਹਦਾ ਦੱਸਣਾ ਜੀ। ਤਾਂ ਜੀ 35th ਕੁਐਸਚਨ ਦਾ ਸਾਡਾ ਸਹੀ ਆਂਸਰ ਇਹ ਬਣੇਗਾ। ਠੀਕ ਆ ਜੀ, ਇਹ ਮਤਲਬ ਕਿ ਨਾਮਦੇਵ ਜੀ ਜਿਹੜੇ ਸੀਗੇ ਉਹ ਸੀਗੇ ਦਰਜੀ, ਠੀਕ ਆ, ਟੇਲਰ ਸੀਗੇ, ਅਤੇ ਜਿਹੜੇ ਭਗਤ ਕਬੀਰ ਜੀ ਸੀ ਉਹ ਜੁਲਾਹੇ ਸੀ, ਠੀਕ ਆ, ਰਵਿਦਾਸ ਜੀ ਕੀ ਸੀ, ਰਵਿਦਾਸ ਜੀ ਮੋਚੀ ਸੀ, ਅਤੇ ਭਾਈ ਲਾਲੋ ਸੀਗੇ ਉਹ ਕੋਈ ਸੀ, ਉਹ ਤਰਖਾਣ ਸੀਗੇ। ਬਹੁਤ 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 ਇੰਪੋਰਟੈਂਟ ਕੁਐਸਚਨ ਆ। ਹੇਠ ਲਿਖੇ ਸੂਫੀਆਂ ਵਿੱਚੋਂ ਕਿਸ ਨੂੰ ਮੁਜ਼ੱਦਿਦ ਜਾਂ ਸੁਧਾਰਕ ਵਜੋਂ ਜਾਣਿਆ ਜਾਂਦਾ? ਸ਼ੇਖ ਅਹਿਮਦ ਸਰਹਿੰਦੀ, ਖਵਾਜਾ ਬਾਕੀ ਬਿੱਲਾ ਜਾਂ ਸੂਆ ਵਲੀਹਲ ਜਾਂ ਦਾਰਾ ਸਿੰਘ? ਤਾਂ ਜੀ 36th ਦਾ ਸਹੀ ਆਂਸਰ ਸਾਡੇ ਕੋਲ ਕੀ ਬਣ ਰਿਹਾ ਜੀ? ਇਹ ਬਣ ਰਿਹਾ ਜੀ ਸ਼ੇਖ ਅਹਿਮਦ ਸਰਹਿੰਦੀ। ਠੀਕ ਆ, ਤਾਂ ਨੈਕਸਟ ਆਪਾਂ ਚੱਲਦੇ ਹਾਂ, ਤੂਤੀ ਏ ਹਿੰਦੁਸਤਾਨ ਕਿਹਨੂੰ ਕਿਹਾ ਜਾਂਦਾ ਵਾ? ਬਹੁਤ ਬਹੁਤ ਵਾਰ ਪੇਪਰ ਦੇ ਵਿੱਚ ਇਹ ਆ ਚੁੱਕਿਆ ਜੀ, ਅਮਿਰ ਖੁਸਰੂ ਨੂੰ ਕਿਹਾ ਜਾਂਦਾ ਤੂਤੀ ਏ ਹਿੰਦੁਸਤਾਨ। ਵੀਰ ਮੋਤੀ ਬਾਗ ਸੈਂਚੁਰੀ ਕਿੱਥੇ ਸਥਿਤ ਆ ਜੀ? ਪਟਿਆਲੇ 'ਚ, ਤਰਨ ਤਾਰਨ 'ਚ, ਬਟਾਲਾ 'ਚ ਜਾਂ ਸੰਗਰੂਰ 'ਚ? ਤਾਂ ਜਿਹੜਾ 38th ਕੁਐਸਚਨ ਆ ਉਹਦਾ ਸਹੀ ਆਂਸਰ ਇਹ ਆ ਜੀ, ਪਟਿਆਲਾ ਦੇ ਵਿੱਚ ਸਥਿਤ ਆ। ਪਟਿਆਲੇ ਦਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕਿਸ ਨਾਲ ਸੰਬੰਧਿਤ ਆ ਜੀ? ਕਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਆ? ਤਾਂ ਇਹਦਾ ਵੀ ਬਿਲਕੁਲ ਸਹੀ ਆਂਸਰ ਵੀ ਬਣੇਗਾ ਜੀ, ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਆ।
ਅੱਗੇ ਆ ਗਿਆ ਜੀ ਸਾਡਾ 10 ਨੰਬਰ ਕੁਐਸਚਨ, ਸਿੱਖ ਹੈਰੀਟੇਜ ਕੰਪਲੈਕਸ ਕਿੱਥੇ ਵਿਕਸਿਤ ਹੋਇਆ, ਕਿੱਥੇ ਡਿਵੈਲਪ ਹੋਇਆ ਵਾ ਜੀ? ਤਾਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵਾ, ਹੈ ਨਾ? ਤਾਂ ਅਨੰਦਪੁਰ ਸਾਹਿਬ ਦੇ ਵਿੱਚ। ਅੱਗੇ ਆਪਾਂ ਚੱਲਦੇ ਹਾਂ ਜੀ, ਸਿੱਖ ਸਮਰਾਜ ਦੇ ਮੋਢੀ ਵਜੋਂ ਕਿਸ ਨੂੰ ਜਾਣਿਆ ਜਾਂਦਾ ਵਾ? ਤਾਂ ਇਹਦਾ ਵੀ ਤੁਹਾਨੂੰ ਸਭ ਨੂੰ ਪਤਾ ਹੋਏਗਾ, ਹੈ ਨਾ, ਮਹਾਰਾਜਾ ਰਣਜੀਤ ਸਿੰਘ। ਇਸ ਦੇ ਵਿੱਚ ਕਾਫੀ ਸੌਖੇ ਕੁਐਸਚਨ ਪਾਏ ਹੋਏ ਨੇ ਆਪਾਂ। ਅਤੇ ਪੰਜਾਬ ਦਾ ਸਟੀਲ ਸਿਟੀ ਸ਼ਹਿਰ ਕਿਹਨੂੰ ਕਿਹਾ ਜਾਂਦਾ ਵਾ? ਤਾਂ ਇਹ ਵੀ ਤੁਹਾਨੂੰ ਪਤਾ, ਹੈ ਨਾ, ਮੰਡੀ ਗੋਬਿੰਦਗੜ੍ਹ ਨੂੰ ਕਿਹਾ ਜਾਂਦਾ ਵਾ। ਤਾਂ ਇਹ ਸਾਰੇ ਰਟੇ ਹੋਣੇ ਚਾਹੀਦੇ ਆ, ਕੁਐਸਚਨ ਬਾਰ ਬਾਰ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਮਸ਼ਹੂਰ ਇੰਡੀਅਨ ਬੁੱਕ ਆ ਜਿਹੜੀ, ਦਾ ਹਿਸਟਰੀ ਆਫ ਸਿੱਖਸ, ਉਹ ਕਿਹਦੇ ਦੁਆਰਾ ਲਿਖੀ ਗਈ ਸੀ? ਖੁਸ਼ਵੰਤ ਸਿੰਘ, ਨਾਨਕ ਸਿੰਘ, ਬਲਵੰਤ ਗਾਰਗੀ ਜਾਂ ਬਲਰਾਜ ਸਾਹਨੀ? ਤਾਂ ਇਹਦਾ ਸਹੀ ਆਂਸਰ ਇਹ ਬਣੇਗਾ ਜੀ, ਖੁਸ਼ਵੰਤ ਸਿੰਘ। ਪੰਜਾਬੀ ਫਿਲਮ ਜਗਤ ਨੂੰ ਕੀ ਕਹਿੰਦੇ ਆ ਜੀ? ਪੰਜਾਬੀ ਫਿਲਮ ਜਗਤ ਨੂੰ ਕਹਿੰਦੇ ਆ ਜੀ ਆਪਣਾ ਬਾਲੀਵੁੱਡ। 15 ਨੰਬਰ ਵਾ, ਲੋਹਾ ਕੁੱਟ ਦੱਸੋ ਜੀ ਕਿਹਦੇ ਕਿਹੜੇ ਲੇਖਕ ਦੀ ਰਚਨਾ ਵਾ? 45ਵੇਂ ਦਾ ਸਹੀ ਆਂਸਰ ਸੀ ਆਏਗਾ ਜੀ, ਬਲਵੰਤ ਗਾਰਗੀ ਦੀ ਰਚਨਾ ਵਾ। ਇਹਨਾਂ ਦੇ ਵਿੱਚੋਂ ਕਿਹੜੇ ਤਿਉਹਾਰ ਵਿੱਚ ਸੱਪਾਂ ਦੀ ਪੂਜਾ ਕਰਨ ਕੀਤੀ ਜਾਂਦੀ ਆ ਜੀ? ਤਾਂ ਜੀ ਇਹ ਬਹੁਤ ਵਾਰ ਪੇਪਰ ਦੇ ਵਿੱਚ ਆ ਚੁੱਕਿਆ ਜੀ, ਛਪਾਰ ਦੇ ਮੇਲੇ ਦੇ ਵਿੱਚ ਕੀਤੀ ਜਾਂਦੀ ਆ ਸੱਪਾਂ ਦੀ ਸੇਵਾ। ਦੂਜੀ ਐਂਗਲੋ ਸਿੱਖ ਜੰਗ ਦੀ ਆਖਰੀ ਲੜਾਈ ਕਿਹੜੀ ਸੀ ਜੀ? ਬੈਟਲ ਆਫ ਗੁਜਰਾਤ ਸੀ, ਜਿਹਨੂੰ ਆਪਾਂ ਬੈਟਲ ਆਫ ਗਨ ਵੀ ਕਹਿ ਦਿੰਦੇ ਹਾਂ। ਨੈਕਸਟ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਜੀ? 1780 ਦੇ ਵਿੱਚ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਹੋਇਆ ਸੀ। ਭਾਈ ਵੀਰ ਸਿੰਘ ਨੇ ਕਿਸ ਕੰਮ ਲਈ ਭਾਰਤੀ ਸਾਹਿਤ ਅਕੈਡਮੀ ਅਵਾਰਡ ਜਿੱਤਿਆ ਸੀ ਜੀ? 19ਵੇਂ ਦਾ ਸਹੀ ਆਂਸਰ ਸਾਡੇ ਕੋਲ ਇਹ ਹੈ, ਮੇਰੇ ਸਾਈਆਂ ਜੀਓ ਲਈ ਭਾਈ ਵੀਰ ਸਿੰਘ ਜੀ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ। ਕਿਸ ਸੰਸਥਾ ਨੇ ਸਰਸਵਤੀ ਸਨਮਾਨ ਦੀ ਸਥਾਪਨਾ ਕੀਤੀ ਜੀ? KK ਬਿਰਲਾ ਫਾਊਂਡੇਸ਼ਨ ਨੇ ਕੀਤੀ ਸੀ। ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਆਪਾਂ ਅੱਜ 50 ਕੀਤੇ ਨੇ, ਤਾਂ ਆਪਦੇ ਦੇਖਣਾ ਕਿ ਤੁਹਾਨੂੰ ਕਿੰਨੇ ਆਉਂਦੇ ਸੀ। ਤਾਂ PDF ਲਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤੁਸੀਂ 83608 ਅਤੇ 6658 ਦੇ ਉੱਤੇ ਮੈਸੇਜ ਕਰਨਾ, ਵਟਸਐਪ 'ਤੇ ਸਿਰਫ ਮੈਸੇਜ ਕਰਿਓ, ਕਾਲ ਨਾ ਕਰਿਓ, ਅਤੇ ਉਹਦੇ 'ਤੇ ਹੀ ਤੁਹਾਨੂੰ PDF ਮਿਲ ਜਾਏਗੀ। ਬਾਕੀ ਮਿਲਦੇ ਹਾਂ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਹੁਣ, ਠੀਕ ਆ ਜੀ? ਹੁਣ ਆਪਣੇ 8 ਮੌਕ ਟੈਸਟ ਪੂਰੇ ਹੋ ਚੁੱਕੇ ਨੇ। ਸ਼ੇਅਰ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚੈਨਲ ਨੂੰ। ਧੰਨਵਾਦ ਜੀ।